ਅੱਜ ਤੁਸੀਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਰਹੇ ਹੋ, ਕਿਵੇਂ ਲੱਗਦਾ ਤੁਹਾਨੂੰ? ਕੱਲ ਸ਼ਾਮੀ ਸਾਨੂੰ ਜਿਹੜਾ ਚੋਣ ਨਿਸ਼ਾਨ ਹਾਂਡੀ ਜਿਹੜਾ ਕਿ ਆਹ ਜਿਹਦੀ ਫੋਟੋ ਹੈ ਇਸ ਤਰ੍ਹਾਂ ਦਾ ਜਿਹੜਾ ਅਸੀਂ ਪੰਪਲੇਟ ਤਿਆਰ ਕੀਤਾ ਹਾਂਡੀ ਪੋਰਟ ਜਿਹੜਾ ਚੋਣ ਨਿਸ਼ਾਨ ਸਾਨੂੰ ਮਿਲਿਆ ਹੈ। ਸੋ ਅੱਜ ਤੋਂ ਅਸੀਂ ਚੋਣ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ ਹੈ। ਸਭ ਤੋਂ ਪਹਿਲਾਂ ਆਪਣੇ ਜਿਹੜੇ ਮੇਰੇ ਨਾਲ ਮੇਰੇ ਟੀਮ ਦੇ ਮੈਂਬਰ ਹੈ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਅਸੀਂ ਇੱਕ ਮੀਟਿੰਗ ਕੀਤੀ ਇੱਥੇ ਆ ਕੇ। ਉਸ ਤੋਂ ਬਾਅਦ ਹੁਣ ਅਸੀਂ ਜਿੰਨੇ ਵੀ ਆਪਣੇ ਮੈਂਬਰਸ ਹੈ ਉਹਨਾਂ ਨੇ ਪਿੰਡ ਪਿੰਡ ਜਾ ਕੇ ਇਸ ਚੋਣ ਮੁਹਿੰਮ ਨੂੰ, ਇਸ ਜਿਹੜਾ ਮੇਰਾ ਚੋਣ ਨਿਸ਼ਾਨ ਹੈ ਉਹਦੇ ਬਾਰੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦੇਣਾ। ਅਤੇ ਉਮੀਦ ਹੈ ਵੀ ਬੜੀ ਜਲਦੀ ਅਸੀਂ ਜਿਹੜੀ ਅਨੰਦਪੁਰ ਸਾਹਿਬ ਕੌਂਸਟੀਚੁਐਂਸੀ ਹੈ ਉਹਦੇ ਘਰ ਘਰ ਤੱਕ ਆਪਣਾ ਜਿਹੜਾ ਚੋਣ ਨਿਸ਼ਾਨ ਜਿਹੜਾ ਪਹੁੰਚਾ ਦੇਣਾ। ਅਤੇ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੀ ਜਿਹੜੀ 20 ਫਰਵਰੀ ਨੂੰ ਕਿਰਪਾ ਕਰਕੇ ਆਪਣੇ ਲੋਕਲ ਉਮੀਦਵਾਰ ਨੂੰ ਇੱਕ ਵਾਰ ਵਿਧਾਨ ਸਭਾ 'ਚ ਭੇਜ ਕੇ ਇਹ ਜਿਹੜੇ ਬਾਹਰੀ ਉਮੀਦਵਾਰ ਆਉਂਦੇ ਉਹਨਾਂ ਤੋਂ ਛੁਟਕਾਰਾ ਦਿਵਾਓ ਅਤੇ ਆਪਣੇ ਹਲਕੇ ਨੂੰ ਕਾਮਯਾਬ ਕਰਨ ਵਾਸਤੇ, ਆਪਣੇ ਹਲਕੇ ਦੀ ਬਿਹਤਰੀ ਵਾਸਤੇ, ਆਪਣੇ ਹਲਕੇ ਦੀ ਤਰੱਕੀ ਵਾਸਤੇ ਕਿਰਪਾ ਕਰਕੇ ਇਹ ਜਿਹੜੇ ਬਾਹਰਲੇ ਲੁਟੇਰੇ ਆ ਉਹਨਾਂ ਤੋਂ ਛੁਟਕਾਰਾ ਦਿਵਾਓ ਅਤੇ ਆਪਣੇ ਹਲਕੇ ਦੀ ਤਰੱਕੀ 'ਚ ਯੋਗਦਾਨ ਪਾਓ। ਇੱਕ ਵਾਰ ਤੁਸੀਂ ਇੰਨੇ ਸਾਲ ਬਾਹਰ ਦੇ ਉਮੀਦਵਾਰਾਂ ਨੂੰ ਮੌਕਾ ਦਿੱਤਾ, ਇੱਕ ਵਾਰ ਆਪਣੇ ਲੋਕਲ ਉਮੀਦਵਾਰ ਨੂੰ ਮੌਕਾ ਦੇ ਕੇ ਦੇਖੋ। ਅਤੇ ਮੈਂ ਤੁਹਾਨੂੰ ਵਾਅਦਾ ਕਰਦਾ ਬੜੀ ਜਲਦੀ ਆਪਣਾ ਜਿਹੜਾ ਚੋਣ ਮੈਨੀਫੈਸਟੋ ਜਿਹੜਾ ਰਿਲੀਜ਼ ਕਰ ਦੇਣਾ, ਔਰ ਮੈਂ ਵਾਅਦਾ ਕਰਦਾ ਕਿ ਜੋ ਵੀ ਸਾਡੇ ਹਲਕੇ ਦੀਆਂ ਦਿੱਕਤਾਂ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਇਲੈਕਸ਼ਨਾਂ 'ਚ ਆਏ, ਕੋਈ ਇਸ ਵਾਰ ਦਾ ਕੋਈ ਐਸੇ ਖਾਸ ਮੁੱਦੇ ਜਿਹੜੇ ਸ਼ਹਿਰ ਦੇ ਜਾਂ ਹਲਕੇ ਦੇ ਤੁਹਾਨੂੰ ਲੱਗਦੇ ਜਿਹੜੇ ਤੁਹਾਨੂੰ ਚੁੱਕਣ, ਜਿਨ੍ਹਾਂ ਪਰ ਲੋਕ ਤੁਹਾਨੂੰ ਵੋਟ ਪਾਉਣ, ਇਹਨਾਂ 'ਚ ਗੱਲ ਕਰੂੰਗੇ? ਮੁੱਦੇ ਬਹੁਤ ਜ਼ਿਆਦਾ ਹੈ ਜੀ। ਸਭ ਤੋਂ ਪਹਿਲਾ ਹੀ ਮੁੱਦਾ ਸਾਡਾ ਜਿਹੜੇ ਬਾਹਰ ਤੋਂ ਉਮੀਦਵਾਰਾਂ ਦੇ ਉਹਨਾਂ ਦਾ ਹੀ ਹੈ। ਹਰੇਕ ਪਾਰਟੀ, ਕੋਈ ਵੀ ਪਾਰਟੀ ਹੈ ਜਿਹੜੀ, ਉਹ ਲੋਕਲ ਉਮੀਦਵਾਰ ਨੂੰ ਨਾ ਦੇਖ ਕੇ ਬਾਹਰੋਂ ਇੱਥੋਂ ਉਮੀਦਵਾਰ ਲੈਂਦੇ, ਕਿਉਂਕਿ ਜਿਹੜੀਆਂ ਇਹ ਪਾਰਟੀਆਂ ਹੈ ਇਹ ਸਾਡੇ ਨੰਗਲ ਸ਼ਹਿਰ ਨੂੰ ਜਾਂ ਅਨੰਦਪੁਰ ਸਾਹਿਬ ਕੌਂਸਟੀਚੁਐਂਸੀ, ਮੈਨੂੰ ਲੱਗਦਾ ਅਨੰਦਪੁਰ ਸਾਹਿਬ ਦੇਖਦੇ ਹੀ ਨਹੀਂ। ਇਹਨਾਂ ਨੂੰ ਲੱਗਦਾ ਨਹੀਂ ਵੀ ਪੰਜਾਬ 'ਚ ਹੈਗੀ ਕੌਂਸਟੀਚੁਐਂਸੀ। 2 ਲੱਖ ਵੋਟਰ ਹੈ ਸਾਡੀ ਕੌਂਸਟੀਚੁਐਂਸੀ ਦਾ। ਇਹਨਾਂ ਪਾਰਟੀਆਂ ਨੂੰ ਇੱਕ ਬੰਦਾ 2 ਲੱਖ ਵੋਟਰ 'ਚੋਂ ਉਹ ਨਹੀਂ ਮਿਲਿਆ ਜਿਹੜਾ ਇਸ ਕੌਂਸਟੀਚੁਐਂਸੀ ਨੂੰ ਲੀਡ ਕਰ ਸਕੇ, ਜਿਹਦਾ ਜਿਹਦੇ 'ਤੇ ਲੋਕ ਭਰੋਸਾ ਦਿਖਾਉਣ। ਬੰਦੇ ਬਹੁਤ ਹੈ ਪਰ ਇਹ ਜਿਹੜੀਆਂ ਪਾਰਟੀਆਂ ਹੈ ਇਹ ਬਹੁਤਾ ਸਾਡੀ ਜਿਹੜੀ ਕੌਂਸਟੀਚੁਐਂਸੀ ਅਨੰਦਪੁਰ ਸਾਹਿਬ ਕੌਂਸਟੀਚੁਐਂਸੀ ਦਾ ਧਿਆਨ ਨਹੀਂ ਦਿੰਦੀਆਂ। ਇਹਨਾਂ ਨੂੰ ਵੀ ਜਿਹੜਾ ਮਰਜ਼ੀ ਉੱਥੋਂ ਉਮੀਦਵਾਰ ਦੇ ਦਿਓ, ਕੋਈ ਬਹੁਤਾ ਗੌਰ ਨਹੀਂ ਕਰਦੀਆਂ। ਇਹੀ ਕਾਰਨ ਹੈ ਕਿ ਸਾਡੀ ਜਿਹੜੀ ਕੌਂਸਟੀਚੁਐਂਸੀ ਹੈ ਅੱਜ ਬਿਲਕੁਲ ਕਹਿ ਲਓ ਵੀ ਬਰਬਾਦੀ ਦੀ ਕਗਾਰ 'ਤੇ ਹੈ, ਬਿਲਕੁਲ ਬਰਬਾਦ ਹੋ ਚੁੱਕੀ। ਵੀ ਸਾਡਾ ਨੰਗਲ ਸ਼ਹਿਰ ਹੋ ਗਿਆ, ਅਨੰਦਪੁਰ ਸਾਹਿਬ ਕੌਂਸਟੀਚੁਐਂਸੀ ਦਾ ਇੱਕ ਇੱਕ ਪਿੰਡ ਅੱਜ ਬਿਲਕੁਲ ਬਰਬਾਦੀ ਦੀ ਕਗਾਰ ਪਰ ਹੈ। ਉਹਦਾ ਕਾਰਨ ਇਹੀ ਹੈ ਵੀ ਜਿੰਨੀਆਂ ਪਾਰਟੀਆਂ ਹੈ ਉਹ ਬਾਹਰ ਦੇ ਉਮੀਦਵਾਰ ਲੈ ਕੇ ਉਹਨਾਂ ਨੂੰ ਇੱਥੋਂ ਮੌਕਾ ਦਿੰਦੀਆਂ, ਲੋਕਲ ਬੰਦੇ ਦੀ ਉਹ ਸਾਰ ਨਹੀਂ ਲੈਂਦੇ। ਔਰ ਜਿਹੜਾ ਉਮੀਦਵਾਰ ਇੱਥੋਂ ਬਾਹਰ ਦਾ ਬਣਦਾ ਹੈ ਕਿਉਂਕਿ ਉਹਨੂੰ ਹਲਕੇ ਦੇ ਨਾਲ ਪਿਆਰ ਨਹੀਂ ਹੁੰਦਾ, ਉਹ ਇਸ ਕਰਕੇ ਕਿਉਂਕਿ ਉਹ ਬਾਹਰ ਦਾ ਹੈ। ਇਸ ਕਰਕੇ ਸਾਡੇ ਜਿਹੜਾ ਏਰੀਆ ਹੈ, ਸਾਡੇ ਜਿਹੜੀ ਕੌਂਸਟੀਚੁਐਂਸੀ, ਉਹਦਾ ਵਿਕਾਸ ਨਹੀਂ ਹੋ ਰਿਹਾ। ਸੋ ਜੇ ਚਾਹੁੰਦੇ ਹੈ ਕਿ ਆਪਣੇ ਇਲਾਕੇ ਦੀ ਉੱਨਤੀ ਹੋਵੇ ਤਾਂ ਕਿਰਪਾ ਕਰਕੇ ਇਸ ਵਾਰ ਆਪਣੇ ਲੋਕਲ ਉਮੀਦਵਾਰ ਨੂੰ ਮੌਕਾ ਜ਼ਰੂਰ ਦਿਓ। ਅੱਜ ਅਸੀਂ ਆਜ਼ਾਦ ਉਮੀਦਵਾਰ ਸ਼੍ਰੀ ਸੰਜੀਵ ਰਾਣਾ ਜੀ ਦੇ ਚੋਣ ਪ੍ਰਚਾਰ ਅੱਜ ਸ਼ੁਰੂ ਕੀਤਾ ਹੈ, ਉਹਦੀ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਕਿ ਸਾਨੂੰ ਜਦੇ ਵੀ ਸਾਡੇ ਇਲਾਕੇ 'ਚ ਜਿਹੜੀਆਂ ਪਾਰਟੀਆਂ ਆਈਆਂ, ਚਾਹੇ ਕਾਂਗਰਸ ਲਓ, ਚਾਹੇ BJP ਲਓ, ਚਾਹੇ ਹੋਰ ਪਾਰਟੀਆਂ ਹੈ, ਚਾਹੇ ਝਾੜੂ ਵਾਲੀ ਪਾਰਟੀ ਹੈ, ਇਹਨਾਂ ਨੇ ਸਾਰਿਆਂ ਨੇ ਹੀ ਸਾਨੂੰ ਬਾਹਰੋਂ ਉਮੀਦਵਾਰ ਲਿਆ ਕੇ ਸਾਡੇ ਸ਼ਹਿਰ ਨੂੰ, ਸਾਡੇ ਹਲਕੇ ਨੂੰ ਇਹਨਾਂ ਨੇ ਲੁੱਟਿਆ ਹੀ ਹੈ। ਤੋ ਸਾਥੀਓ, ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਇਸ ਵਾਰ ਕਿਸੇ ਲੋਕਲ ਬੰਦੇ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਇਲੈਕਸ਼ਨ ਲੜਨ ਦੀ ਹਾਮੀ ਭਰੀ ਹੈ ਅਤੇ ਵੀਰੋ ਆਪਣੇ ਲੋਕਲ ਉਮੀਦਵਾਰ ਸ਼੍ਰੀ ਸੰਜੀਵ ਰਾਣਾ ਜੀ ਨੂੰ
वोटा पा के कामयाब बनाओ जिन्हों का चोन निशान है हांडी हांडी हांडी। तो साथियों भोला नहीं चोन निशान हांडी। संजीव राणा जी नूं वोटा पा के कामयाब बनाओ ताकि साडे आनंदपुर हल्के की तरक्की हो सके, साडे आनंदपुर हल्के का साडे नंगल हल्के का सुधार हो सके। तो साथियों भोला नहीं ये बाहरी बंदियां नूं भजाना है ते लोकल उम्मीदवारां नूं लियाना है। संजीव राणा जिंदाबाद, संजीव राणा जिंदाबाद। सब तो पहला मैं तुहाडे चैनल का बड़ा शुक्रिया करदा और सारे ही इलाका निवासियों आनंदपुर से हल्का निवासियों बसंत पंचमी की बधाई दिंदा होया और संजीव राणा जी नूं बधाई दिंदा होया अपने इलाके नूं बधाई दिंदा होया तुहाडे सामने नमस्तक होया। और मैं हर एक वोटर नूं हर एक जिहड़े नवें बच्चे वोटर बन जा रहे हैं उन्हां नूं मेरी अपील है भी बचो साड़ी जिहड़ी जिंदगी है वह इस नंगल हल्के दे लई समर्पित है। असी हर संघर्ष जिहड़ा वह लड़े है और मैं बड़े संघर्ष लड़े है तो मैं साढ़े इलाके का कोई विकास नहीं हो सकिया। न्याणे नूं नौकरियां है नहीं, न्याणे वास्ते अच्छे होस्पिटल है नहीं, न्याणे वास्ते अच्छी एजुकेशन है नहीं। जे आपां बेटे तुसीं चाहते है भी एक अच्छी तुहानूं सोच अच्छी पढ़ाई अच्छी मैडिकल फैसिलिटी होए तो एक बार संजीव राणा जी नूं मौका जरूर दिओ। धन्यवाद जी। असी तो सर यही चाहते हैं कि जिमें सू पिछले 70-75 सालों तो बाहरले कैंडीडेट्स आके सू इतने जी भी पार्टी आती है वह सू बहरले कैंडीडेट दे दें दिया। पर इस बार जिमें कि संजीव राणा जी एक तो साढ़े हल्के दे लोकल कैंडीडेट ने ते दूसरा उन्होंने जोड़ा पिछले 7 सालों तो काम किया है भावें फिर वह किसानी मोर्चे च होवे भावें कोरोना काल च लोगों के घर घर राशन पहुँचाने वाला हो फिर सफाई सेवकों का कोई भी धरना हो राशन पहुँचाने का हो सारे जोड़े काम संजीव राणा जी ने अपने हल्के दे वास्ते कीते ने ते हल्के दे लोकां तों असीं इही अपील करना चाहवांगे कि हल्के दे लोक जिहड़ा अपना हल्के दा नुमाइंदा चुण के बाहरले नुमाइंदियां नूं पहुंचाउण विच इस बार साडा एक बार साथ दे के देखण ते असीं विश्वास दवाउने आ कि हल्के दे लोकां दे विश्वास दे उत्ते असीं 100% खरे उतरांगे। बस पहला तो मैं आपका तो थोड़े चैनल का बहुत बहुत धन्यवाद है जिन्होंने मैं हल्का आनंदपुर साहब के वोटर रूबरू होने का मौका दिता। मैं सा आनंदपुर साहब के सारे वोटर अपील करना चाहता हाँ कि संजीव राणा जी को वोट पा के कामयाब करो क्योंकि जब आप अपने इलाके का विकास चाहते हैं तो लोकल उम्मीदवार का आना बहुत जरूरी है क्योंकि जिन्हें भी उम्मीदवार आए अज तक सारे बाहरले थे जिन्होंने लुट सुट की अपने इलाके चले गए। साडा इलाका जिन्होंने मिनी चंडीगढ़ कहें स्विट्जरलैंड कहें अज उजाड़ की कगार से है। जे कोई साडा लोकल लीडर आऊँगा तो उही साडे इलाके का विकास कर सकता अदरवाइज कोई नहीं कर सकता। मैं जिन्हें भी अपने हल्का आनंदपुर साहब के वोटर है यूथ है जन बीजेपी कांग्रेस जो भी है जे अपने इलाके का विकास चाहते हैं तो प्लीज़ हाथ जोड़ के बेनती है संजीव राणा जी को वोट पाओ जिन्हों का चोन निशान हांडी है। जे तुसीं अपने इलाके का विकास चाहते हैं तो लोकल उम्मीदवार को जिताओ। जे तुसीं अपने इलाके रोजगार चाहते हैं तो मैं अपने लोकल उम्मीदवार को जिताओ। इन्ना ही कहता हो मैं थोड़ा तो सारा धन्यवाद करता। प्लीज़ एक बार लोकल कैंडीडेट संजीव राणा जी को वोट पा के कामयाब बनाओ जिन्हों का चोन निशान हांडी हांडी हांडी। धन्यवाद।